ਬਾਸ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸ ਕੈਮਰਾਮੈਨ ਹੂ ਬੰਟੂ ਦੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਉਮੀਦ ਕਰਦੀ ਹਾਂ ਠੀਕ ਠਾਕ ਹੋਵੋਗੇ ਬਾਸ ਟੀਵੀ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੇ ਲਈ ਵੱਖ-ਵੱਖ ਜਿਹੜੇ ਵੀਡੀਓਜ਼ ਲੈ ਕੇ ਆਈਏ ਜ ਜਿਹਦੇ ਨਾਲ ਤੁਹਾਨੂੰ ਮੋਟੀਵੇਸ਼ਨਲ ਤੇ ਤੁਹਾਨੂੰ ਨੌਲੇਜ ਮਿਲਦੀ ਰਹੇ ਤੁਸੀਂ ਅਕਸਰ ਕਣਕ ਦੀ ਖੇਤੀ ਦੇਖੀ ਹੋਣੀ ਆ ਝੋਨੇ ਦੀ ਖੇਤੀ ਵੀ ਦੇਖੀ ਹੋਣੀ ਆ ਤੇ ਪਰ ਅੱਜ ਅਸੀਂ ਤੁਹਾਡੇ ਲਈ ਬਿਲਕੁਲ ਡਿਫਰੈਂਟ ਚੀਜ਼ ਲੈ ਕੇ ਆਏ ਆ ਕਿ ਜਿਹੜੀ ਫੁਹਾਰਿਆਂ ਦੀ ਮਦਦ ਦੇ ਨਾਲ ਸਬਜ਼ੀਆਂਗਾਉਂਦੇ ਨੇ ਤੇ ਪਾਣੀ ਉਹਨਾਂ ਨੂੰ ਫੁਹਾਰਿਆਂ ਦੀ ਮਦਦ ਦੇ ਨਾਲ ਦਿੱਤਾ ਜਾਂਦਾ ਹੈ ਤੇ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਜਿਹੜੇ ਕਿ ਖੇਤ ਦੇ ਵਿੱਚ ਖੇਤੀ ਕਰਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੇਟਾ ਸਤਿ ਸ਼੍ਰੀ ਅਕਾਲ ਹਾਂਜੀ ਬਾਪੂ ਜੀ ਤੁਸੀਂ ਆ ਇੱਥੇ ਕਿਹੜੀ ਕਿਹੜੀ ਖੇਤੀ ਕਰ ਰਹੇ ਹੋ ਇੱਥੇ ਜੀ ਇਹ ਚੱਪਣ ਕਦੂ ਦੀ ਖੇਤੀ ਕਰ ਰਹੇ ਆ ਜੀ ਗੋਭੀ ਦੀ ਖੇਤੀ ਕਰ ਰਹੇ ਆ ਚੱਪਣ ਕਦੂ ਲਾ ਕੇ ਇੱਕ ਸਾਈਡ ਤੇ ਅਸੀਂ ਮੰਨ ਕੇ ਪਿਆਜ਼ ਲਾ ਰਹੇ ਆ ਜਿਹੜਾ ਜਿਹੜਾ ਪਟਕੇ ਸੇਲ ਕਰਾਂਗੇ ਅੱਛਾ ਤੇ ਜਿਹੜੇ ਫੁਆਰੇ ਦੀ ਖੇਤੀ ਹੈ ਤੇ ਫੁਆਰੇ ਦੀ ਖੇਤੀ ਨਾਲ ਸਾਨੂੰ ਇਹ ਬਹੁਤ ਵੱਡੀ ਸਹੂਲਤ ਹੈ ਜੀ ਇੱਕ ਤਾਂ ਲੋੜ ਮੁਤਾਬਕ ਹੀ ਪਾਣੀ ਦਿੰਨੇ ਆ ਜੀ ਬਾਕੀ ਜਦੋਂ ਠੰਡ ਪਊਗੀ ਜੀ ਉਦੋਂ ਠੰਡ ਤੋਂ ਜਦੋਂ ਵੀ ਜਿਆਦਾ ਠੰਡ ਪਿਆ ਕਰੇ ਫੁਆਰੇ ਦੀ ਖੇਤੀ ਕਰਿਆ ਕਰਾਂਗੇ ਤੇ ਰਾਤ ਨੂੰ ਠੰਡ ਨਹੀਂ ਪੈਂਦੀ ਜੀ ਜਦੋਂ ਪਾਣੀ ਲਾਇਆ ਇਹਨੂੰ ਅੱਛਾ ਹਾਂਜੀ ਅੱਛਾ ਫੁਆਰੇ ਦੀ ਮਦਦ ਨਾਲ ਥੋੜੀ ਪਾਣੀ ਦੀ ਬਚਤ ਹੋ ਜਾਂਦੀ ਹੈ ਵੀ ਲੋੜ ਮੁਤਾਬਕ ਸਾਰੀ ਫਸਲ ਨੂੰ ਪਾਣੀ ਮਿਲ ਜਾਂਦਾ ਹਾਂਜੀ ਹਾਂਜੀ ਲੋੜ ਮੁਤਾਬਕ ਪਾਣੀ ਲੱਗਦਾ ਜੀ ਬਾਕੀ ਸਾਨੂੰ ਰੇਹਾਂ ਸਪਰੀਆਂ ਦੀ ਬਹੁਤ ਘੱਟ ਲੋੜ ਪੈਂਦੀ ਹੈ ਜੇ ਫੁਆਰਿਆਂ ਨਾਲ ਲਾਉਣੇ ਜੋ ਕਿਸੇ ਕਿਸਮ ਕਟਾਉਂ ਹੁੰਦਾ ਚਾਹੇ ਇੱਕ ਤੇਲਾ ਹੁੰਦਾ ਮੱਛਰ ਹੁੰਦਾ ਉਹ ਜੋ ਫੁਹਾਰੇ ਚੱਲਦੇ ਉਹਦੇ ਨਾਲ ਮਰ ਜਾਂਦਾ ਜੀ ਕਈ ਇਹੋ ਜਿਹੇ ਹੁੰਦੀ ਹੈਗੇ ਅੱਛਾ ਮਤਲਬ ਵੀ ਰੇ ਸਪਰੇਅ ਯੂਜ਼ ਕਰਦੇ ਹੋ ਪਰ ਥੋੜੀ ਕਰਦੇ ਹੋ ਕੱਟ ਕਰਦੇ ਆ ਰੇ ਸਪਰੇਅ ਕੱਟ ਕਰਦੇ ਆ ਸਪਰਿਆਂ ਦੀ ਬਹੁਤ ਘੱਟ ਲੋੜ ਪੈਂਦੀ ਹੈ ਫੁਹਾਰੇ ਦੇ ਖੇਤੀ ਨਾਲ ਅੱਛਾ ਹਾਂ ਇਹ ਬਾਕੀ ਸਾਨੂੰ ਇਹ ਸਰਕਾਰ ਕੰਨੀੋਂ ਮਿਲੇ ਆ ਜੀ ਤੇ ਇਹ ਤੇ ਮੰਨ ਕੇ ਸਰਕਾਰ ਨੂੰ ਸਾਨੂੰ 90% ਸਬਸਿਡੀ ਦਿੱਤੀ ਹੈ ਜੀ ਅੱਛਾ ਹਾਂਜੀ ਫੁਹਾਰਿਆਂ ਦੀ ਜਿਹੜੀ ਪਾਣੀ ਤੁਸੀਂ ਦਿੰਨੇ ਹੋ ਹਾਂਜੀ ਹਾਂਜੀ ਅੱਛਾ ਫੁਹਾਰਿਆਂ ਦੇ ਜਿਹੜੀ ਅਸੀਂ ਲਿਆ ਸਰਕਾਰ ਤੋਂ ਲਿਆ ਜੀ ਇਹ ਸਕੀਮਾਂ ਰਹੀ ਇਹਦੇ ਸਾਨੂੰ 90% ਸਬਸਿਡੀ ਤੇ ਮੰਨ ਕੇ ਚੱਲੋ ਜੀ ਉਹਨੇ ਸਾਨੂੰ ਇਹ ਤੇ ਨਾ ਸੋਲਰ ਪੰਪ ਤੇ ਵੀ ਸਬਸਿਡੀ ਮਿਲ ਜੂਗੀ ਅੱਛਾ ਫੁਆਰਾ ਤੇ ਜਦੋਂ ਇਹ ਸਬਸਿਡੀ ਲੈ ਲਈ ਹੁਣ ਸਾਨੂੰ ਸੋਲਰ ਪੰਪ ਤੇ ਮਿਲ ਜੂਗੀ ਸਾਹਿਬ ਮੇਰੇ ਕੋਲੇ ਮੋਟਰ ਐ ਨਹੀਂ ਸੀ ਜੀ ਤੇ ਬਾਬੂ ਜੀ ਕਿੰਨੇ ਕਿੱਲੇ ਚ ਤੁਸੀਂ ਇਹ ਸਬਜ਼ੀ ਵਿਝੀ ਹੋਈ ਆ ਮੇਰੇ ਕੋਲ ਮੰਨ ਕੇ ਚੱਲੋ ਜੀ ਪੌਣੇ ਚਾਰ ਕਿੱਲੇ ਆ ਜੀ ਅੱਛਾ ਹਾਂਜੀ ਪੌਣੇ ਚਾਰ ਕਿੱਲੇ ਲੈਂਦਾ ਮੈਂ ਇੱਥੇ ਸਬਜ਼ੀ ਦਾ ਕੰਮ ਹੀ ਕਰਦਾ ਜੀ ਅੱਛਾ ਹਾਂਜੀ ਤੇ ਅਸੀਂ ਅਕਸਰ ਬਾਬੂ ਜੀ ਦੇਖਿਆ ਹਨ ਵੀ ਲੋਕ ਕਣਕ ਦੀ ਖੇਤੀ ਕਰਦੇ ਆ ਝੋਨੇ ਦੀ ਵੀ ਖੇਤੀ ਕਰਦੇ ਆ ਤੇ ਤੁਸੀਂ ਗੱਲੀ ਇੱਥੇ ਜਿਹੜੀਆਂ ਸਬਜ਼ੀਆਂ ਗਾਉਂਦੇ ਹੋ ਇਹਦੇ ਪਿੱਛੇ ਕੀ ਵਜ੍ਹਾ ਇੱਕ ਨਾ ਜਿਹੜਾ ਜ਼ਿਮੀਂਦਾਰ ਹੈ ਖੇਤੀ ਕਣਕ ਝੋਨੇ ਦੀ ਖੇਤੀ ਇੱਕ ਤਾਂ ਇਹ ਪਾਣੀ ਦਾ ਜ਼ਿਆਦਾ ਖਪਤ ਹੁੰਦੀ ਹੈ ਜੀ ਬਾਕੀ ਕੋਈ ਵੀ ਨਾਲ ਨਾ ਜਦੋਂ ਇਹ ਝੋਨੇ ਕਣਕ ਦੀ ਖੇਤੀ ਕਰਦੇ ਆ ਨਾਲ ਸਾਨੂੰ ਕੋਈ ਹੋਰ ਵੀ ਬਿਜ਼ ਤੇ ਜਦੋਂ ਬੱਪੂ ਜੀ ਆ ਸਬਜ਼ੀਆਂ ਵੱਡੀਆਂ ਹੋ ਗਈਆਂ ਹਨਾ ਤੇ ਤੁਸੀਂ ਇਹਨਾਂ ਨੂੰ ਫਿਰ ਵੇਚ ਕੇ ਆਉਂਗੇ ਇਹਨਾਂ ਦਾ ਅਸੀਂ ਮੰਡੀਕਰਨ ਕਰਦੇ ਆਂ ਸਾਨੂੰ ਬਠਿੰਡਾ ਸ਼ਹਿਰ ਨੇੜੇ ਪੈਂਦਾ ਜੀ ਇਥੋਂ 25 ਕਿਲੋਮੀਟਰ ਤੇ ਪੈਂਦਾ ਇਹ ਸਾਡਾ ਅਮਲੂ ਦਾ ਇੱਕੋਠੇ ਛਪੜੀ ਵਾਲ ਜਿੱਥੇ ਅਸੀਂ ਖੜੇ ਆਂ ਤੇ ਫਿਰ ਜਾ ਕੇ ਬਠਿੰਡੇ ਸੇਲ ਕਰਦੇ ਆਂ ਮਾਰਕੀਟ ਚ ਅੱਛਾ ਤੇ ਜਿਹੜੇ ਜਿੱਦਾਂ ਤੁਸੀਂ ਕਿਹਾ ਵੀ ਅੱਜ ਚੱਪਣ ਕੱਦੂ ਆ ਹਨਾ ਉਹਦੇ ਲਈ ਸਾਈਡ ਤੁਸੀਂ ਪਿਆਜ਼ ਲਾਏ ਹੋਇਆ ਤੇ ਇਹਦਾ ਸਟਾਰਟਿੰਗ ਰੇਟ ਕੀ ਹੁੰਦਾ ਚੱਪਣ ਕੱਦੂ ਦਾ ਤੇ ਪਿਆਜ਼ ਦਾ ਮਨੋ ਇਸ ਸਮੇਂ ਦੇ ਹਿਸਾਬ ਨਾਲ ਜਦੋਂ ਅਸੀਂ ਪਹਿਲਾਂ ਗੇਤਰਾਲ ਜਾਂਦੇ ਉਹਦਾ 40 ਰੁਪਏ ਸਾਨੂੰ ਭਾਅ ਅੱਛਾ ਮੁੜ ਕੇ ਹੌਲੀ ਹੌਲੀ ਜਿਵੇਂ ਵੱਧ ਹੁੰਦੀ ਜਾਂਦੀ ਹੈ ਖੇਤੀ ਉਹ ਮੇਰੇ ਰੇਟ ਘਟਦਾ ਤੁਰਿਆ ਜਾਂਦਾ ਜੀ ਤੇ ਜਿਹੜਾ ਇਹ ਇਹ ਪਿਆਜ਼ ਇਹ ਹਰਾ ਪੱਟ ਕੇ ਵੇਚਦੇ ਆ ਇਹ ਸਾਨੂੰ ਜਦੋਂ ਚੱਪਣ ਕਦੋਂ ਲੱਗਨੇ ਉਹਨੇ ਨਾਲ ਹੀ ਤਿਆਰ ਹੋਊਗਾ ਮੁੜ ਕੇ ਸਾਨੂੰ ਇਹ ਫੇਰੀ ਚ ਹੋਊਗਾ ਜੀ ਇਹ ਚੱਪਣ ਕਦੂ ਆ ਤੇ ਪਾਪੂ ਜੀ ਹਰਾ ਪਿਆਜ਼ ਵੇਚਣ ਦਾ ਕੀ ਕਾਰਨ ਹੈ ਹਰਾ ਪਿਆਜ਼ ਕਰਨਾ ਸਾਨੂੰ ਰੇਟ ਮਿਲਦਾ ਜੀ ਇਹ ਤਾਂ ਸਹੀ ਰੇਟ ਮਿਲਦਾ ਹੈ ਤੇ ਬਾਕੀ ਨਾਲ ਸਾਈਡ ਤੇ ਲੱਗਦਾ ਇਹਦਾ ਨੁਕਸਾਨ ਕੋਈ ਨਹੀਂ ਚੱਪਣ ਕਦੋਂ ਨੂੰ ਜਦੋਂ ਉਹਨੂੰ ਚੱਪਣ ਕਦੋਂ ਨੇ ਤਿਆਰ ਹੋਣਾ ਉਹਦੋਂ ਉਹ ਹਰਾ ਪਿਆਜ਼ ਪੱਟ ਕੇ ਵੇਚ ਲਾਂਗੇ ਜੀ ਇਹ ਅੱਛਾ ਹਾਂਜੀ ਤਿਕਾ ਦੇ ਬੱਚੇ ਤੁਹਾਨੂੰ ਜੇ ਕਟਾਵਾਦਾ ਹੋਇਆ ਹੋਵੇ ਹਨ ਵੀ ਤੁਸੀਂ ਇਨੇ ਕਿਲੇ ਚ ਸਬਜ਼ੀ ਵੇਚਦੇ ਹੋ ਵੀਜ਼ਦੇ ਹੋ ਨਾ ਕਿਤੇ ਪਿੱਛੇ ਦੇ ਵਿੱਚ ਕੋਈ ਵਜ੍ਹਾ ਹੋਈ ਹੋਵੇ ਕਟਾ ਤਾਂ ਨਹੀਂ ਪਿਆ ਕਰੇ ਨਹੀਂ ਭਾਈ ਪਰ ਬਾਕੀ ਕੁਦਰਤ ਦੀ ਖੇਤੀ ਹੈ ਜੀ ਇਹ ਤੇ ਕਦੇ ਘਟਵਾਦ ਵੀ ਸਕਦੇ ਆ ਜੀ ਲੇਬਰਾਂ ਮਹਿੰਗੀਆਂ ਬੀਜ ਮਹਿੰਗੇ ਆ ਤੇ ਬਾਕੀ ਇਹ ਸੈਡਵਿਜ ਨੇ ਜ਼ਰੂਰੀ ਆ ਜੀ ਹਰ ਇੱਕ ਕਿਸਾਨ ਨੂੰ ਨਾਲ ਕਰਨਾ ਹੈ ਜਦ ਤੱਕ ਬਾਪੂ ਜੀ ਹਨਾ ਗੋਭੀ ਸਟਾਰਟਿੰਗ ਦੇ ਵਿੱਚ ਕਿੰਨੀ ਮਹਿੰਗੀ ਹੁੰਦੀ ਆ ਤਾਂ ਘੱਟ ਕੇ ਰੇਡ ਉਹਦਾ 5 ਰੁਪਏ ਕਿਲੋ ਤੇ ਵੀ ਆ ਜਾਂਦਾ। ਉਸ ਸਮੇਂ ਨਹੀਂ ਘਟਾ ਪੈਂਦਾ ਕੋਈ। ਨਹੀਂ ਉਸ ਸਮੇਂ ਤਾਂ ਮੰਨ ਕੇ ਚੱਲੋ ਸਾਡੀਆਂ ਲੇਬਰਾਂ ਨਹੀਂ ਪੂਰੀਆਂ ਹੁਣ ਮੇਰੇ ਕੋਲੇ ਪਾਲਖ ਸੀਗਾ ਹੀ ਮੇਥਰਾ ਸੀ। ਮੈਨੂੰ 3 ਰੁਪਏ ਗੁੱਟੇ ਲੇਬਰ ਪੈਂਦੀ ਹੈ ਜੀ। ਅੱਛਾ। ਤੇ 5 ਰੁਪਏ ਜਾ ਕੇ ਸੇਲ ਹੁੰਦੀ ਆ। 500 ਦਾ ਮੇਰਾ ਡੀਜ਼ਲ ਮੱਚਦਾ ਹੀ ਬਟੰਡੇ ਜਾਣ ਤੇ ਜੋ ਜੀਪ ਆਪਦੀ ਲੈ ਕੇ ਜਾਣਾ ਹੀ ਮੈਂ। ਹਾਂਜੀ। ਤੇ ਫਿਰ ਉਦੋਂ ਟਾਈਮ ਕੀ ਕਰਦੇ ਹੋ? ਉਦੋਂ ਫਿਰ ਇਹ ਜਿਹੜੀ ਫਸਲ ਨੂੰ ਮਾਰਕੀਟਿੰਗ ਤਾਂ ਕਰਨੀ ਪੈਣੀ ਹੈ ਜੀ। ਜੇ ਨਹੀਂ ਵੇਚ ਕਿਤੇ ਇਹ ਲੰਮੀ ਖੇਤੀ ਹੁੰਦੀ ਹੈ ਕਿਤੇ ਤੇਜ਼ੀ ਆ ਜਾਂਦੀ ਹੈ ਕਿਤੇ ਮੰਦਾ ਆ ਜਾਂਦਾ ਹੈ ਤੇ ਸਾਡਾ ਟਾਈਮ ਵਧੀਆ ਪਾਸ ਹੋ ਜਾਂਦਾ ਹੈ ਸਬਜ਼ੀ ਦਾ ਅੱਛਾ ਹਾਂਜੀ ਤੇ ਬਾਬੂ ਜੀ ਤੁਹਾਨੂੰ ਕਿੱਦਾਂ ਪਤਾ ਲੱਗ ਜਾਂਦਾ ਹੈ ਨਾ ਵੀ ਇਹਨੂੰ ਹੁਣ ਫਸਲ ਨੂੰ ਪਾਣੀ ਦੀ ਲੋੜ ਆ ਤੇ ਜਾਂ ਇਹਨੂੰ ਕਿੰਨੀ ਰੇ ਸਪਰੇਅ ਦੇਣੀ ਆ ਤੇ ਇਹਨੂੰ ਰੂੜੀ ਦੀ ਖਾਦ ਦੀ ਵੀ ਲੋੜ ਪੈਂਦੀ ਆ ਹਾਂਜੀ ਰੂੜੀ ਦੀ ਖਾਦ ਪਾਏ ਤਾਂ ਬਹੁਤ ਚੰਗੀ ਹੈ ਜੀ ਹੂੰ ਪਰ ਸਾਡੇ ਕੋਲੇ ਪਸ਼ੂ ਘੱਟ ਹੋਣ ਕਰਕੇ ਸਾਰੇ ਬਾਣੇ ਸਾਥੋਂ ਨਹੀਂ ਪੈਂਦੇ ਮੈਂ ਮੰਨ ਕੇ ਚੱਲੋ 25 ਏਕੜ ਦੀ ਵਾਈ ਕਰਦਾ ਅੱਛਾ ਤੇ ਜਿੰਨੇ ਕੁ ਚ ਹੁੰਦੀ ਆ ਉਹਨੇ ਕੁ ਪਾਈ ਦੀ ਆ ਤੇ ਬਾਕੀ ਰੇਸਪਰੇ ਤੇ ਸਾਨੂੰ ਐ ਪਤਾ ਲੱਗ ਜਾਂਦਾ ਇਹਨਾਂ ਦਾ ਕਲਰਾਂ ਦਾ ਪਤਾ ਲੱਗ ਜਾਂਦਾ ਵੀ ਹੁਣ ਸਾਡੀ ਫਸਲ ਕਣਕ ਆ ਮੰਗਦੀ ਐ ਸਬਜ਼ੀ ਆਹ ਰੇ ਮੰਗਦੀ ਐ ਪੀਲਾਪਨ ਪੈਣ ਲੱਗ ਜਾਂਦਾ ਤੇ ਸਪ੍ਰੇਆਂ ਦਾ ਸਾਨੂੰ ਪਤਾ ਲੱਗ ਜਾਂਦਾ ਜਦੋਂ ਹੁਣ ਤੇਲ ਆ ਹੋ ਗਿਆ ਮੱਛਰੋਗਾ ਸੁੰਡੀ ਭੁੰਡੀ ਪੈ ਗਈ ਸਾਨੂੰ ਇਹ ਵੇਖ ਕੇ ਸਪਰੇ ਕਹਿੰਦਾ ਜਿਆਦਾ ਨਜਾਇਜ਼ ਸਪਰੇ ਨਹੀਂ ਕਰਦੇ ਜੀ ਅੱਛਾ ਹਾਂਜੀ ਤੇ ਤੁਹਾਨੂੰ ਮਤਲਬ ਵੀ ਫਸਲ ਦੀ ਹਾਲਤ ਦੇਖ ਕੇ ਪਤਾ ਲੱਗ ਜਾਂਦਾ ਵੀ ਇਹਨੂੰ ਹੁਣ ਇਹ ਚੀਜ਼ ਦੀ ਲੋੜ ਆ ਹਾਂਜੀ ਹਾਂਜੀ ਜਦੋਂ ਸਾਨੂੰ ਹਾਲਤ ਦਾ ਪਤਾ ਲੱਗਦਾ ਹਰ ਕਿਸਾਨ ਨੂੰ ਤਕਰੀਬਨ ਹਾਲਤ ਤੋਂ ਪਤਾ ਲੱਗ ਜਾਂਦਾ ਜੀ ਵੀ ਹੁਣ ਨਾਈਟ੍ਰੋਜਨ ਮੰਗਦੀ ਐ ਹਰਾ ਤੇਲ ਲਾਇਆ ਕੋਈ ਸੁੰਡੀ ਐ ਤੇ ਉਹ ਹਿਸਾਬ ਨਾਲ ਸਪਰੇਅ ਕਰਦਾ ਜੀ ਕਿਸਾਨ ਅੱਛਾ ਹਾਂਜੀ ਤੇ ਬਾਪੂ ਜੀ ਇਦਾਂ ਹੋ ਸਕਦਾ ਹੈ ਨਾ ਵੀ ਆਪਾਂ ਜਿੱਦਾਂ ਤੁਸੀਂ ਲਾਏ ਹੋਏ ਇੱਥੇ ਚਾਪਣ ਕੱਦੂ ਉਧਰ ਪਿਆਜ਼ ਲਾਇਆ ਇਹ ਪੋਸੀਬਲ ਹੁੰਦਾ ਹੈ ਕਿ ਟਾਈਮ 'ਚ ਮਤਲਬ ਵੀ ਕਿਉਂਕਿ ਜਿਹੜਾ ਚਾਪਣ ਕੱਦੂ ਆ ਇਹਨੂੰ ਕਿਵੇਂ ਦੀ ਖਾਦ ਚਾਹੀਦੀ ਹੁੰਦੀ ਆ ਜਿਹੜਾ ਲਸਣ ਹੁੰਦਾ ਜਾਂ ਪਿਆਜ਼ ਹੁੰਦਾ ਉਹਨੂੰ ਕਿਦਾਂ ਦੀ ਖਾਦ ਚਾਹੀਦੀ ਵੀ ਤੁਸੀਂ ਇੱਕ ਹੀ ਸੀਰ ਵਿੱਚ ਸਾਰੀਆਂ ਸਬਜ਼ੀਆਂ ਲਾਈਆਂ ਇਹ ਇਹਨਾਂ ਤਕਰੀਬਨ ਜਿਹੜੀਆਂ ਨਾ ਇਹ ਖੇਤੀਆਂ ਇਹਨੂੰ ਜ਼ਿਆਦਾ ਫਾਸਫੋਰਸ ਤੇ ਨਾਈਟ੍ਰੋਜਨ ਦੀ ਲੋੜ ਹੁੰਦੀ ਹੈ ਯੂਰੀਆ ਤੇ ਡੀਪੀ ਦੀ ਇਹ ਕਿਸੇ ਵੀ ਖੇਤੀ ਪਾਓ ਪਿਆਜ਼ ਨੂੰ ਪਾਓ ਚੱਪਣ ਕੱਦੂ ਨੂੰ ਪਾਓ ਇਹਨੂੰ ਨਾਈਟਰੋ ਯੂਰੀਆ ਪੈਣੀ ਹੈ ਤੇ ਬਾਕੀ ਫਾਸਫੋਰਸ ਇਹਨਾਂ ਨੂੰ ਉਹ ਪੈਣੀ ਹੈ ਡੀ.ਆਈ.ਪ. ਪੈਣੀ ਹੈ। ਅੱਛਾ ਇੱਕੋ ਹੀ ਪੈਣੀ ਇਹਨਾਂ ਨੂੰ ਖਾਦ। ਅੱਛਾ ਇੱਕੋ ਹੀ ਚੀਜ਼ ਪੈਂਦੀ ਹੈ। ਹਾਂਜੀ ਹਾਂਜੀ। ਮੰਨ ਕੇ ਚਲੋ ਜਿਵੇਂ ਅਸੀਂ ਇਹ ਪਟਾਸ਼ ਵੀ ਪਾਈ ਹੈ ਜੀ। ਪਟਾਸ਼ ਨੇ ਇੱਕ ਤਾਂ ਇਹਦੀ ਸਖਤਾਈ ਵਾਧੀ ਹੈ ਜੀ। ਇੱਕ ਇਹਦੀ ਚਮਕ ਮੰਦੀ ਹੈ ਪਟਾਸ਼ ਨਾਲ। ਅੱਛਾ। ਹਾਂਜੀ ਨਾਲ ਪਟਾਸ਼ ਵੀ ਪਾਈ ਹੈ ਸਫਰ ਵੀ ਪਾਈ ਹੈ। ਹਾਂ ਇਹ ਰਲਾ ਕੇ ਪਾਉਣੀ ਹੈ ਜਦੋਂ ਹੀ ਪਾਉਣੀ ਹੈ। ਅੱਛਾ। ਹਾਂਜੀ। ਇਹ ਬਪੂ ਜੀ ਜਿਹੜਾ ਤੁਸੀਂ ਆਪਛਾਣਾ ਜਿਹੜੇ ਫੁਹਾਰੇ ਅਸੀਂ ਦੇਖੇ ਆਗੇ ਤੇ ਇਹਦੇ ਨਾਲ ਮਤਲਬ ਜਿਹੜੀਆਂ ਸਾਰੀਆਂ ਫਸਲਾਂ ਹੈਗੀਆਂ ਉਹਨਾਂ ਨੂੰ ਪ੍ਰੋਪਰ ਮਤਲਬ ਵੀ ਪਾਣੀ ਮਿਲ ਜਾਂਦਾਗਾ ਸਹੀ ਇਹਦੇ ਫੁਹਾਰੇ ਤਾਂ ਬਹੁਤ ਵਧੀਆ ਚੀਜ਼ ਹੈ ਜੀ ਲੋੜ ਮੁਤਾਬਕ ਜੇ ਮੰਨ ਕੇ ਚੱਲੂ ਤੇ ਛੋਲੇ ਲਾਉਣੇ ਜਿਹਨਾਂ ਦੇ ਛੋਲੇ ਹਲਕਾ ਪਾਣੀ ਮੰਗਦੇ ਆ ਉਹਨਾਂ ਨੂੰ ਦੇ ਦਿਓ ਜੀ ਜਿਹੜੀ ਫਸਲ ਜਿੰਨਾ ਪਾਣੀ ਮੰਗਦੇ ਉਹਨਾਂ ਹੀ ਦੇ ਸਕਦੇ ਆ ਅੱਛਾ ਨਹੀਂ ਜਦੋਂ ਅਸੀਂ ਆਮ ਮੋਟਰ ਨਾਲ ਵੱਢ ਕੇ ਲਾਉਣੇ ਆ ਜੀ ਮੰਨ ਕੇ ਇੱਕ ਤਾਂ ਸਾਡਾ ਪਾਣੀ ਬਹੁਤ ਜ਼ਿਆਦਾ ਵੇਸਟ ਹੁੰਦਾ ਜੀ ਦੂਜਾ ਜਿਹੜਾ ਪਾਣੀ ਹੁਣ ਘੱਟ ਫਸਲ ਵਾਲੀ ਐ ਉਹਨੂੰ ਪਾਣੀ ਉਹਨੇ ਹੀ ਲੱਗਣਾ ਜੀ ਪਰ ਨੁਕਸਾਨ ਹੁੰਦਾ ਜੀ ਜਿਵੇਂ ਛੋਲੇ ਮੰਨ ਕੇ ਚੱਲੋ ਜੀ ਅਈ ਛੋਲੇ ਵੀ ਦੇ ਛੋਲੇ ਬਹੁਤ ਹਲਕਾ ਪਾਣੀ ਪਾਲਦੇ ਆ ਜੀ ਜੇ ਛੋਲਿਆਂ ਨੂੰ ਜ਼ਿਆਦੇ ਪਰਮਾ ਪਾਣੀ ਲੱਗੇ ਤਾਂ ਛੋਲੇ ਸੁੱਕ ਜਾਂਦੇ ਜੀ ਅੱਛਾ ਇਹਨੂੰ ਮੈਂ ਇਹ ਮੈਨੂੰ ਬਹੁਤ ਵੱਡੀ ਸਹੂਲਤ ਆ ਜੀ ਮੈਂ ਨਵਾਂ ਕੰਮ ਕਰ ਲਗਿਆ ਪੋਹਰਿਆਂ ਦਾ ਸਬਸਿਡੀ ਲਈ ਆ ਤੇ ਹਰ ਇੱਕ ਖੇਤੀ ਤੇ ਪੋਹਰਿਆਂ ਬਹੁਤ ਵਧੀਆ ਹੁੰਦੀ ਆ ਜੀ ਤੇ ਹਾਂਜੀ ਬਾਬੂ ਜੀ ਹਨਾ ਜਿੱਦਾਂ ਕਿ ਤੁਸੀਂ ਖੇਤ ਦੇ ਵਿੱਚ ਆ ਫੁਹਾਰੇ ਲਾਇਆ ਹਨਾ ਤੇ ਕੋਈ ਤੁਹਾਨੂੰ ਇਹ ਇਹ ਚੀਜ਼ ਦੇਖ ਕੇ ਤੁਹਾਡੇ ਕੋਲ ਆਇਆ ਗਾ ਵੀ ਜਾਂ ਨੌਲੇਜ ਲੈਣ ਵਾਸਤੇ ਵੀ ਇਹ ਫੋਰਾ ਕਿੱਥੋਂ ਲੈ ਕੇ ਆਂਦਾ ਵੀ ਇਹ ਕਿਵੇਂ ਕੰਮ ਕਰਦਾ ਹਨਾ ਕਿਉਂਕਿ ਜਿਹੜਾ ਇਹ ਫੁਹਾਰਾ ਏ ਇਹ ਇੱਕ ਸੀਦੇ ਵਿੱਚ ਪਾਣੀ ਦਿੰਦਾ ਇੱਕ ਕੁੱਕ ਕੇ ਪਾਣੀ ਦਿੰਦਾ ਸਾਰੇ ਪਾਸੇ ਤਾਂ ਪਾਣੀ ਜਾਂਦਾ ਹਾਂਜੀ ਹਾਂ ਮੰਨ ਕੇ ਚੱਲੋ ਮੇਰਾ ਨਾ ਇਹ ਸੜਕ ਤੇ ਖੇਤ ਹੈ ਮੇਰੇ ਕੋਲ ਬਹੁਤ ਭਰਾ ਹੁੰਦੇ ਜੀ ਇੱਥੇ ਪੁੱਛਣ ਵੀ ਕਿੱਥੋਂ ਸਬਸਿਡੀ ਲਈ ਹੈ ਕੀ ਲਈ ਹੈ ਮੇਰੇ ਕੋਲ ਉਹਨਾਂ ਦਾ ਮਹਿਕਮੇ ਦਾ ਫੋਨ ਨੰਬਰ ਹੈ ਹਰ ਮੈਂ ਜ਼ਿੰਮੇਦਾਰ ਨੂੰ ਨੰਬਰ ਦਿੰਨਾ ਵੀ ਆ ਇਸ ਨੰਬਰ ਤੇ ਕੰਨੈਕਟ ਬੀਬੀ ਦੇ ਨਾਲ ਪਈ ਹੈ 90% ਸਬਸਿਡੀ ਹੈ ਜੇ ਮਨ ਆਦਮੀ ਦੇ ਨਾਲ ਪਈ ਹੈ 80% ਸਬਸਿਡੀ ਹੈ ਮੇਰੇ ਤਾਂ ਬਹੁਤ ਵਧੀਆ ਬਹੁਤ ਛੇਤੀ ਸਰਕਾਰ ਨੇ ਲਾ ਕੇ ਦਿੱਤਾ ਜੀ ਇਹ ਹੋਰੇ ਹਾਂਜੀ ਸਰਕਾਰ ਨੇ ਲਾ ਕੇ ਦਿੱਤੇ ਤੇ ਇਹ ਚੱਲਦੇ ਕਾਹਦੇ ਤੇ ਆਹੀ ਇਹ ਚੱਲਦੇ ਆ ਜੀ ਮੋਟਰ ਤੇ ਚੱਲਦੇ ਆ ਜੀ ਅੱਛਾ ਹਾਂ ਬਿਜਲੀ ਦੀ ਵੀ ਲੋਡ ਪੈਂਦੀ ਹੁੰਦੀ ਹਣੀ ਬਿਜਲੀ ਦੀ ਲੋਡ ਪੈਂਦੀ ਹੈ ਜੀ ਬਾਕੀ ਮੇਰੇ ਖੇਤ ਚ ਮੋਟਰ ਨਹੀਂ ਹੈਗੀ ਮੈਨੂੰ ਇਸ ਤੇ ਨਾ ਇੱਕ ਸੋਲਰ ਪੰਪ ਦੀ ਮੈਨੂੰ ਸਬਸਿਡੀ ਮਿਲ ਜਾਨੀ ਹੈ ਜੀ ਅੱਛਾ ਹਾਂਜੀ ਹਾਂ ਤੇ ਸੋਲਰ ਪੰਪ ਲਵਾਇਆ ਹੋਏ ਨਹੀਂ ਲਵਾਉਣਾ ਹੈ ਸੋਲਰ ਪੰਪ ਲਵਾਉਣਾ ਹੈ ਹਾਂਜੀ ਅੱਛਾ ਹਾਂਜੀ ਠੀਕ ਹੈ ਤੇ ਹੋਰ ਬਾਬਾ ਜੀ ਤੁਹਾਨੂੰ ਖੇਤੀ ਬਾਰੇ ਨੌਲੇਜ ਹੋਵੇ ਜਾਂ ਕਿਹੜੀ ਫਸਲ ਨੂੰ ਕਿੱਦਾਂ ਆਪਾਂ ਪਾਣੀ ਦੇਣਾ ਹਨਾ ਕਿੰਨੀ ਆਪਾਂ ਖਾਦ ਦੇਣੀ ਆ ਇਸ ਤੋਂ ਇਲਾਵਾ ਮੰਨ ਕੇ ਚੱਲ ਝੋਨੇ ਦੀ ਜਿਹੜੀ ਖੇਤੀ ਹੈ ਝੋਨੇ ਦੀ ਖੇਤੀ ਨੂੰ ਅਸੀਂ ਜਦੋਂ 30 ਦਿਨ ਸਾਨੂੰ ਪਾਣੀ ਜ਼ਿਆਦਾ ਚਾਹੀਦਾ ਕਿ ਉਹ ਨਹੀਂ ਦੇਣਾ ਹੁਣ ਮੁੜ ਕੇ ਸੀ ਨਾ ਵੇਖੋ ਵੇਖ ਹੀ ਜ਼ਿਆਦਾ ਪਾਣੀ ਜੈਨਾ ਵੇਸਟ ਕਰੀ ਜਾਂਦੇ ਆ ਪਾਣੀ ਪਾਣੀ ਦਾ ਨੁਕਸਾਨ ਬਹੁਤ ਹੋ ਜਾਂਦਾ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨਾ ਇਹਨਾਂ ਨੂੰ ਸਾਨੂੰ ਭੁਗਤਣਾ ਪਊਗਾ ਜਿਹੜਾ ਅਸੀਂ ਪਾਣੀ ਦਾ ਜ਼ਿਆਦਾ ਨੁਕਸਾਨ ਕਰੀ ਜਾਂਦੇ ਆ ਆਉਣ ਵਾਲੀਆਂ ਪੀੜ੍ਹੀਆਂ 'ਤੇ ਅਸੀਂ ਬਣਾਈ ਦਾ ਹੋਰ ਬਹੁਤ ਕੁਝ ਜਾਨਣਾ ਹੈ ਪਰ ਜਿਹੜਾ ਪਾਣੀ ਤੋਂ ਅਸੀਂ ਇਹਨਾਂ ਨੂੰ ਕਰਦਾਂਗੇ ਨਾ ਮਾਝੇ ਇਹ ਬਹੁਤ ਵੱਡਾ ਨੁਕਸਾਨ ਪਹੁੰਚਦਾ ਪਊਗਾ ਸਾਡੇ ਆਉਣ ਵਾਲੇ ਪੀੜ੍ਹੀਆਂ ਨੂੰ ਜੀ ਅੱਛਾ ਹਾਂ ਜੀ ਪਾਣੀ ਦਾ ਸੰਕੋਚ ਕਰਕੇ ਵਰਤਣਾ ਚਾਹੀਦਾ ਹੈ ਵੀ ਜਿਹੜੀ ਫੁਹਾਰੇ ਦੇ ਖੇਤ ਹੈ ਫੁਹਾਰੇ ਦੇ ਖੇਤ ਨੇ ਬਹੁਤ ਘੱਟ ਕੋਈ ਵੀ ਫਸਲ ਕਰ ਲੋ ਹਰ ਕਿਸਮ ਫਸਲ ਹੋ ਗਈ ਫੁਹਾਰੇ ਦੇ ਖੇਤੀ ਤੇ ਅੱਛਾ ਹਾਂ ਜੀ ਤੇ ਬਾਪੂ ਜੀ ਤੁਸੀਂ ਕੱਲੀ ਸਬਜ਼ੀਆਂ ਹੀ ਗਾਉਂਦੇ ਹੋ ਜਾਂ ਇਸ ਤੋਂ ਇਲਾਵਾ ਕਣਕ ਝੋਨਾ ਵੀ ਗਾਉਂਦੇ ਹੋ ਨਹੀਂ ਮੇਰੀ ਇੱਥੇ ਜਿੱਥੇ ਫੁਹਾਰੇ ਇੱਥੇ ਮੈਂ ਸਬਜ਼ੀਆਂ ਹੀ ਕਰਦਾ ਜੀ ਬਾਕੀ ਦੂਜੀ ਇਹ ਤਾਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਹਨ ਤੁਸੀਂ ਵੀ ਘਟ ਰਹੇ ਸਪਰੇ ਵਾਲੀ ਸਬਜ਼ੀਆਂ ਜਿਹੜੀਆਂ ਹਨ ਤੁਸੀਂ ਲੋਕਾਂ ਨੂੰ ਵੇਚਦੇ ਹੋ ਦਿੰਦੇ ਹੋ ਹਨ ਕਿਉਂਕਿ ਅੱਜ ਕੱਲ ਤੁਹਾਨੂੰ ਵੀ ਪਤਾ ਕਿੰਨੀਆਂ ਰਹਿਆਂ ਸਪਰੇ ਵਾਲੀਆਂ ਤੇ ਕਿੰਨੀਆਂ ਫਿਰਨਾਂ ਤੋਂ ਬਿਮਾਰੀਆਂ ਵੀ ਚੱਲਦੀਆਂ ਨੇ ਮੰਨ ਕੇ ਚਲੋ ਇਹ ਅਸਲ ਜਾਣੇ ਸਾਡੀ ਸਬਜ਼ੀ ਇੱਕ ਤਾਂ ਬੰਨ ਚ ਬਹੁਤ ਵਧੀਆ ਜਾਂਦੀ ਹੈ ਹੁਣ ਅਸੀਂ ਜਾਣੇ ਬਠੰਡੇ ਸੇਲ ਕਰਦੇ ਆ ਉੱਤੇ ਸੀਵਰੇਜ ਦੇ ਗੰਦੇ ਨਾਲੇ ਵਾਲੀਆਂ ਪਾਣੀ ਸਬਜ਼ੀਆਂ ਆਉਂਦੀਆਂ ਉਹਨਾਂ ਨੂੰ ਲੈਣ ਨੂੰ ਕੋਈ ਤਿਆਰ ਨਹੀਂ ਇੱਥੇ ਸਾਡੇ ਖੇਤ ਤੋਂ ਹੀ ਲੋਕ ਖੜ ਕੇ ਕੋਲੇ ਖੜ ਕੇ ਪਟਾ ਕੇ ਤਾਜੀ ਸਬਜ਼ੀ ਲੈ ਕੇ ਜਾਂਦੇ ਆ ਜੀ ਹਾਂ ਹਰ ਕਿਸੇ ਨੂੰ ਜਿਹੜੀ ਪਸੰਦ ਆ ਹੂੰ ਕਿਉਂਕਿ ਅੱਜਕੱਲੇ ਆਪਾਂ ਜੀ ਹਨਾ ਤਾਜੀ ਸਬਜ਼ੀ ਖਾਣਾ ਪਸੰਦ ਕਰਦੇ ਆ ਉਹ ਵੀ ਬਿਨਾਰੇ ਹਾਂ ਸਪਰਿਆਂ ਤੋਂ ਮੰਨ ਕੇ ਲਓ ਇਹ ਹਰ ਕੀ ਇਹ ਚਾਹੁੰਦਾ ਜੀ ਮੇਰਾ ਖਾਣ ਪੀਣਾ ਸਹੀ ਹੋਵੇ ਵਾਤਾਵਰਨ ਸਹੀ ਹੋਵੇ ਇਨਸਾਨ ਨੂੰ ਖਾਣ ਪੀਣ ਸਹੀ ਹੋਵੇ ਤਾਂ ਛੇਤੀ ਕੋਈ ਬਿਮਾਰੀ ਨਹੀਂ ਲੱਗਦੀ ਜਦੋਂ ਆਪਾਂ ਮਾੜੀਆਂ ਸਬਜ਼ੀਆਂ ਖਾਂਦੇ ਆ ਵਾਤਾਵਰਨ ਮਾੜੇ ਆਪਣੇ ਧੁੰਦਲੇ ਹੋ ਜਾਂਦੇ ਆ ਖਰਾਬ ਹੋ ਜਾਂਦੇ ਆ ਉਦੋਂ ਹਰ ਕਿਸੇ ਨੂੰ ਮਨੁੱਖ ਤੇ ਅਸਰ ਪੈਂਦਾ ਜੀ ਇਹ ਹਾਂਜੀ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਬਾਪੂ ਜੀ ਦੇ ਨਾਲ ਗੱਲਬਾਤ ਕੀਤੀ ਹੈ ਖੇਤ ਦੇ ਵਿੱਚ ਵਧੀਆ ਉਪਰਾਲਾ ਜਿਹੜਾ ਕਰ ਰਹੇ ਨੇ ਤੇ ਹਾਂਜੀ ਬਾਪੂ ਜੀ ਤੁਸੀਂ ਜਾਂਦੇ ਜਾਂਦੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਮੈਂ ਤਾਂ ਇਹੀ ਆਣਾ ਵੀ ਇੱਕ ਤਾਂ ਪਾਣੀ ਦੀ ਵੱਧ ਤੋਂ ਵੱਧ ਬਜਟ ਕਰੋ ਜੀ ਹਾਂਜੀ ਬਾਕੀ ਵਾਤਾਵਰਨ ਨੂੰ ਆਪਾਂ ਸਾਫ਼ ਸੁਥਰਾ ਰੱਖੀਏ ਕਿਉਂ ਜਦੋਂ ਸਾਰਿਆਂ ਨਾਲ ਵੱਡੀ ਹੈਗਾ ਆਪਣੇ ਨਾਲ ਵਾਤਾਵਰਨ ਜੇ ਵਾਤਾਵਰਨ ਹੀ ਆਪਣਾ ਖਰਾਬ ਹੋ ਗਿਆ ਨਾ ਤਾਂ ਆਪਣੇ ਕੋਈ ਬੱਚੇ ਕੇ ਕੰਮ ਹੈ ਨਾ ਆਉਣ ਵਾਲੀਆਂ ਜਾਇਦਾਦਾਂ ਆਪਣੇ ਕੋਈ ਕੰਮ ਹੈ ਹਾਂਜੀ ਹਾਂ ਜਦੋਂ ਮਨੁੱਖੀ ਆਪਣਾ ਖਾਤਮ ਹੋ ਚੱਲਿਆ ਵਾਤਾਵਰਨ ਨੂੰ ਆਪਣਾ ਇੰਨਾ ਗੰਧਲਾ ਕਰਤਾ ਤੇ ਫੇਰ ਤਾਂ ਨੁਕਸਾਨ ਹੀ ਨੁਕਸਾਨ ਆਇਆ ਜਿੰਨਾ ਮਰਜ਼ੀ ਕਹਿ ਲੋ ਇਹ ਹਾਂਜੀ ਹਾਂ ਹਾਂਜੀ ਬਹੁਤ ਵਧੀਆ ਲੱਗਾ ਬਾਪੂ ਜੀ ਤੁਹਾਡੇ ਨਾਲ ਗੱਲਬਾਤ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਮੈਡਮ ਬਹੁਤ ਬਹੁਤ ਧੰਨਵਾਦ ਬੇਟਾ ਹਾਂਜੀ ਹਾਂ ਜੀ ਐਨੂੰ ਤੁਹਾਨੂੰ ਭਾਈ ਹਾਂ ਧੰਨਵਾਦ ਹਾਂਜੀ ਇਹ ਤਾਂ ਬਾਪੂ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਤੁਹਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਹਾਨੂੰ ਵੀ ਪਤਾ ਲੱ ਪਾਣੀ ਜਿਹੜਾ ਫਸਲਾਂ ਨੂੰ ਲੋੜ ਮੁਤਾਬਿਕ ਜਾਂਦਾ ਏ ਤਾਂ ਤੁਸੀਂ ਵੀ ਇਸ ਚੀਜ਼ ਨੂੰ ਵਰਤੋ ਤਾਂ ਜੋ ਆਪਣਾ ਜਿਹੜਾ ਪਾਣੀ ਆ ਉਹ ਵੇਸਟ ਨਾ ਹੋਵੇ ਤੇ ਬਿਨਾ ਰਹਿਆਂ ਸਪ੍ਰਿਆਹਾਂ ਵਾਲੀਆਂ ਸਬਜ਼ੀਆਂ ਜਿਹੜੀਆਂ ਬਾਪੂ ਜਿੱਥੇ ਘਾਉਂਦੇ ਨੇ ਤੇ ਬਾਅਦ ਵਿੱਚ ਸੇਲ ਕਰਦੇ ਨੇ ਜਾ ਕੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਸੀ ਤੁਹਾਡੇ ਤੋਂ ਲੈਣਾ ਹੈ ਇਜਾਜ਼ਤ ਇਹ ਸੀ ਸਾਡੀ ਅੱਜ ਦੀ ਪੇਸ਼ਕਸ਼ ਤੁਸੀਂ ਦੇਖਦੇ ਰਹੋ ਬਾਸ ਟੀਵੀ ਸਤਿ ਸ਼੍ਰੀ ਅਕਾਲ